चलो 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 अरे
अपनी जवानी दे दिनां च गरीबी बेरोजगारी महंगाई तरह तरह मुश्किल ने जिन्हां अंग्रेजा नूं कढ़न लई भगत सिंह वर्गे हजारां योधिया ने ਕੁਰਬਾਨੀਆਂ ਦਿੱਤੀਆਂ। ਅੱਜ ਅਸੀਂ ਹਾਈਲਾਈਟਸ ਕਰਕੇ ਉਹਨਾਂ ਕੋਲ ਜਾ ਰਹੇ। ਕਾਰਨ ਕਿਤੇ ਨਾ ਕਿਤੇ ਇਹ ਹੈ ਕਿ ਸਾਡੇ ਅਸੀਂ ਸਿਸਟਮ ਨੂੰ ਠੀਕ ਨਹੀਂ ਕਰ ਪਾਏ। ਸੋ ਅੱਜ ਦੇ ਦਿਨ ਵੱਡਾ ਦਿਨ ਹੈ। ਸੱਚੀ ਸ਼ਰਧਾਂਜਲੀ ਇਹੀ ਹੋਊਗੀ ਕਿ ਅਸੀਂ ਮੈਂ ਜਿਵੇਂ ਫੈਸਲਾ ਕੀਤਾ ਸੀ, ਐਲਾਨ ਕੀਤਾ ਸੀ ਕਿ ਅੱਜ ਦੇ ਦਿਨ ਅਸੀਂ ਇੱਕ ਨੰਬਰ ਜਾਰੀ ਕਰਾਂਗੇ ਜਿਹਨੂੰ ਕਹਾਂਗੇ ਕਿ ਐਂਟੀ ਕਰਪਸ਼ਨ ਐਕਸ਼ਨ ਲਾਈਨ। ਉਹ ਨੰਬਰ ਅੱਜ ਜਾਰੀ ਕਰ ਰਹੇ ਹਾਂ। ਉਸ ਨੰਬਰ 'ਤੇ ਵੀਡੀਓ ਭੇਜ ਕੇ ਜਾਂ ਆਡੀਓ ਭੇਜ ਕੇ ਜੇ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਜਾਂ ਕਮਿਸ਼ਨ ਮੰਗਦਾ, ਸਾਡਾ ਸਟਾਫ ਉਹਦੀ ਜਾਂਚ ਕਰੂਗਾ। ਭਾਵੇਂ ਕੋਈ ਵੀ ਅਫਸਰ ਹੋਵੇ, ਭਾਵੇਂ ਸਾਡਾ ਕੋਈ ਮੰਤਰੀ ਹੋਵੇ, ਸਾਡਾ ਕੋਈ ਐਮਐਲਏ ਹੋਵੇ। ਨੰਬਰ ਕੀ ਹੈਗਾ ਸਰ? ਨੰਬਰ ਕੀ ਹੈਗਾ ਸਰ? ਨੰਬਰ ਕੀ ਹੈ ਸਰ? ਯਾਰ ਪਿੱਛੇ ਕਰਕੇ ਦਾ ਮੂੰਹ ਤੇ ਅੱਜ ਦੇ ਦਿਨ ਮੈਂ ਕੋਈ ਹੋਰ ਰਾਜਨੀਤਿਕ ਗੱਲ ਨਹੀਂ ਕਰਨੀ ਚਾਹੁੰਦਾ। ਸਾਰੀਆਂ ਪਾਰਟੀਆਂ ਦੇ ਸਾਰੇ ਵਰਗਾਂ ਦੇ ਲੋਕ ਜਿਹੜੇ ਨੇ, ਹੁਸੈਨੀ ਵਾਲੇ ਵੀ ਹੋ ਕੇ ਆਏ ਆ, ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਨੇ, ਕਿਉਂਕਿ ਉਹ ਸਾਡੇ ਦਿਲਾਂ 'ਚ ਵੱਸਦੇ ਨੇ ਭਗਤ ਸਿੰਘ। ਔਰ ਭਗਤ ਸਿੰਘ ਹੋਰਾਂ ਨੇ ਜਿਹੜਾ ਇੱਕ ਸ਼ੇਅਰ ਜਿਹੜਾ ਸਵੀਪ ਬੜਾ ਉਹਨਾਂ ਦਾ ਯਾਰ, ਮੈਂ ਇਹਦੇ ਵੀ ਅੱਗੇ ਬੰਦੇ ਆ ਰਹੇ ਯਾਰ। ਸੋ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਘਰ ਘਰ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਦਿਨ ਰਾਤ ਇੱਕ ਕਰ ਦੂਗੀ। ਬਹੁਤ ਸਾਰੇ ਫੈਸਲੇ ਲੈ ਲਏ ਗਏ ਨੇ, ਬਹੁਤ ਸਾਰੇ ਫੈਸਲੇ ਅਜੇ ਪਏ ਨੇ ਬਾਕੀ, ਔਰ ਖਿੜੇ ਮੱਥੇ ਲੋਕ ਪ੍ਰਵਾਨ ਕਰ ਰਹੇ ਨੇ। ਮੈਨੂੰ ਪੰਜਾਬ ਦੇ 3 ਕਰੋੜ ਲੋਕਾਂ ਦਾ ਸਹਿਯੋਗ ਚਾਹੀਦਾ। ਸਰ ਨੰਬਰ, ਸਰ ਨੰਬਰ,
ਇਸ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾਇਆ।